ਸੋ ਹੈ ਗਾਈਸ, ਵਾਟਸ ਅਪ, ਕੀ ਹਾਲ ਚਾਲ ਹੈ? ਸਾਨੂੰ ਫਲੀ ਸਾਰੇ ਵਧੀਆ ਹੋਵੋਗੇ। ਅਰਜਨਟੀਨਾ ਬੀ ਸੰਤੂ ਫੀਚਰਿੰਗ ਤਰਨ ਸੋਲਾ, ਆਪਣਾ ਭਰਾ ਅਦਬ ਹੋਰੀ, ਐਕੋ ਦਾ ਮਿਊਜ਼ਿਕ ਆ। ਲੈਟਸ ਚੈੱਕ ਇਟ, A3 ਮੀਡੀਆ, ਯੋ ਮਿਕਸ ਮਾਸਟਰ ਵੀ ਐਕੋ ਬਾਈ ਦਾ ਆਪਣਾ ਹੀ ਆ, ਲਿਰਿਕਸ ਅਦਬ ਬਾਈ ਦੇ ਨੇ, ਰੈਪ ਵਰਡਸ ਤਰਨ ਸੋਹੋ, ਬਾਕੀ ਕਾਫੀ ਵੱਡੀ ਟੀਮ ਆ, ਸਪੈਸ਼ਲ ਥੈਂਕਸ ਵਾਲੀ, ਚੈੱਕ ਕਰ ਸਕਦੇ ਹੋ। ਸਟਾਰਟ ਅਰਜਨਟੀਨਾ, ਅਰਜਨਟੀਨਾ ਦੇ ਨਾਲ ਅਸਲਾ ਦਿਖਾਇਆ ਜਾ ਰਿਹਾ, ਕਿਤੇ ਅਰਜਨਟੀਨਾ ਮੇਡ ਮੂਡ ਏਦਾਂ ਕਰੇ ਕਿਤੇ ਨਹੀਂ। ਵੇਖੀ ਭਲਾ ਅਦਬ ਨੇ ਕੀ ਲਿਖਿਆ ਐਤਕੀ। ਯਾਰ ਮੁੰਡੇ ਦੀ ਵੋਕਲ ਬਹੁਤ ਸੋਹਣੀ ਆ। ਭਰ ਕੇ ਕਰਾਂਗੇ ਅਸੀਂ ਪੈਸਿਆਂ ਦੇ ਗੱਲੇ, ਨਾ ਹੀ ਕਫੜਾਂ ਤੇ ਜੇਬਾਂ, ਨਾ ਹੀ ਕਬਰਾਂ ਦੇ ਤੱਲੇ, ਸਾਡੀ ਸੋਚ ਸੁੱਚੀ ਅਲਪੀਨੇ ਜੀ, ਜਿਵੇਂ ਨਗਦੇ ਵਾਂਗ ਨਗੀਨੇ ਦੀ। ਕਿਆ ਬਾਤ, ਕਿਆ ਕੰਪੋਜੀਸ਼ਨ, ਨਗਦੇ ਵਾਂਗ ਨਗੀਨੇ ਦੀ, ਸੋਚ ਸੁੱਚੀ ਅਲਪੀਨੇ ਜੀ, ਜਿਵੇਂ ਨਗਦੇ ਵਾਂਗ ਨਗੀਨੇ ਦੀ, ਨਗਦੇ ਵਾਂਗ ਨਗੀਨੇ ਦੀ। ਕਮ ਆਨ, ਪਿੰਡ ਦੇ ਪਸ਼ਮੀਨੇ ਨੀ, ਮੁੰਡਾ ਜੇਲ ਦੇ ਵਿੱਚ ਸ਼ੇਮੀਨੇ ਨੀ, ਓ ਬਹੁਤ ਸੋਹਣਾ ਲਿਖਿਆ ਯਾਰ, ਬਹੁਤ ਸੋਹਣਾ ਲਿਖਿਆ ਤੂੰ। ਇੱਕ ਸੋਹਣਾ ਕੰਮ ਕੀਤਾ ਯਾਰ ਬਾਈ, ਵਧੀਆ ਲਾਈਕ ਮਿਊਜ਼ਿਕ ਦੇ ਪਿੱਛੇ ਕੀ ਕਰਕੇ ਇੱਕ ਚੀਜ਼ ਚੱਲ ਰਹੀ, ਆਈ ਡੋਂਟ ਨੋ ਵਟ ਇਜ਼ ਦਿਸ, ਸਿੰਥੇਸਾਈਜ਼ਰ ਕਿਸੇ ਵੀ ਚੀਜ਼ ਦੀ, ਕੋਈ ਸਾਈਨ ਵੇਵ ਜੀ ਆਓ, ਬੜੀ ਪਿਆਰੀ ਲੱਗੀ ਉਹ ਚੀਜ਼ ਵੀ, ਨਾਈਸ ਲੱਗੀ ਉਹਨੇ, ਹੈ ਬੜਾ ਹੈਵੀ ਕੀਤਾ ਹੋਇਆ ਉਹਨੇ ਗਾਣੇ ਤੋਂ, ਨਾਲ ਜਿਹੜੀ ਬੀਟ ਆ ਲਾਈਕ ਇਟਸ ਕੈਚੀ ਮੈਨ, ਕੈਚੀ ਟ੍ਰਿਪੀ ਜੀ ਹੈ। ਰਲ ਕੀਤੇ ਆ ਬਥੇਰੇ ਜਿਹੜੇ ਚੱਲੇ ਫਸ ਫਸ, ਬਸ ਜਿਹਦੇ ਨਾਲ ਕਰਾਰ ਨਹੀਂ, ਨਾਰਾਂ ਦਾ ਇਹ ਜਸ, ਨਾ ਹੱਟਦੇ ਭੈਣ ਦੇ ਦੀਨੇ ਨੀ, ਜੀ ਜੇ ਤੋਂ ਨਾ ਫਰਤੀਲੇ ਨੀ। ਓ ਚੱਕ ਮੇਰੇ ਵੀਰ, ਇਹ ਤਾਂ ਕੱਲ ਵਾਲੀ ਸਿਚੁਏਸ਼ਨ ਤੇ ਹੋ ਗਿਆ। ਹੱਟਦੇ ਭੈਣ ਦੇ ਦੀਨੇ ਨੀ, ਜੀ ਜੇ ਤੋਂ ਨਾ ਫਰਤੀਲੇ ਨੀ, ਜੀ ਜੇ ਤੋਂ ਨਾ ਫਰਤੀਲੇ, ਜਮਾ ਵੀ ਨੀ ਬਹੁਤ ਸੋਹਣਾ ਯਾਰ। ਮੈਂ ਸੱਚੀ ਗੱਲ ਕਹਾਂ ਕਿ ਇੱਦਾਂ ਦੀ ਕੰਪੋਜੀਸ਼ਨ ਅਤੇ ਇੱਦਾਂ ਦੀ ਵੋਕਲ ਮੈਂ ਬਹੁਤ ਟਾਈਮ ਬਾਅਦ ਸੁਣੀ ਆ, ਅਤੇ ਕਿੰਨੇ ਆਰਾਮ ਨਾਲ ਬਾਈ ਨੇ ਹਰ ਇੱਕ ਚੀਜ਼ ਗਾਈ, ਹਰ ਇੱਕ ਸ਼ਬਦ ਨੂੰ ਕਿੰਨੇ ਸਹੀ ਪ੍ਰਨਾਊਂਸ ਕੀਤਾ, ਕਿੱਥੇ ਕਰੋੜਨਾ, ਕਿੱਥੇ ਨੌਰਮਲ ਕਹਿੰਦਾ, ਗੁੱਡ ਮੈਨ ਗੁੱਡ। ਬਾਈ ਨਾਲ ਵੀ ਕਾਫੀ ਚੀਜ਼ਾਂ ਇੰਡਸਟਰੀ 'ਚ ਹੋਈਆਂ ਵੀ, ਸੰਧੂ ਹੋਰਾਂ ਨਾਲ, ਕੋਈ ਚੱਕਰ ਨਹੀਂ, ਚਲੋ ਉਹ ਗੱਲਾਂ ਦੀ ਗੱਲ ਵੀ ਕਰਾਂਗੇ ਕਦੀ। ਪਹਿਲਾਂ ਬਾਈ ਬਾਈ ਬਾਦ ਚੂਹਾ ਸੱਪ ਨਿਕਲੇ, ਦੇਸੀ ਛੜੀ ਤਰਨ ਕੱਪ ਨਿਕਲੇ, ਥੱਬੀ ਗਾਂਧੀ ਦੀ ਤੇ ਜੋੜ ਕਾ ਤੋਂ ਕਰੀ ਫਿਰਦੇ ਨੀ, ਅਸੀਂ ਘਰੋਂ ਸੀ ਗਰੀਬੀ ਕੋਲੋਂ ਕੱਪ ਨਿਕਲੇ, ਉਹ ਬਾਂਹ ਤੁਰ ਤੱਕ ਚੜੀ ਤਾਂ ਹੀ ਚੜੇ ਜਾਂਦੇ ਨੇ, ਵੰਗ ਘੜੇ ਸਮੇਂ ਨਾਲ ਐਵੇਂ ਚੜੇ ਜਾਂਦੇ ਨੇ, ਮੈਨੂੰ ਹੀ ਆ ਹੋਈ ਪਈ ਜ਼ਮੀਰ, ਇਹਨਾਂ ਦੀ ਨਹੀਂ ਹੁਣ ਨਜ਼ਰੋਂ ਵੀ ਦਿਨੋਂ ਦਿਨ ਗਿਰੇ ਜਾਂਦੇ ਨੇ, ਉਹਨਾਂ ਲਈ ਗਿਰੇ ਪਏ ਸੱਚਿਓ ਜੀਨੇ ਨੀ, ਚੋੜੇ ਕਰ ਕਰ ਤੁਰਦੇ ਜੋ ਸੀਨੇ ਨੀ, ਸਾਲੀ ਨੀ ਤੋਂ ਪੱਖੋਂ ਪਹਿਲੋਂ ਹੀ ਕਮੀਨੇ ਨੀ, ਸਾਡੇ ਜੇਲ੍ਹ ਹੁੰਦੇ ਡੇਰੇ 6 ਮਹੀਨੇ ਨੀ, ਅਸੀਂ ਮਾਲਵੇ ਦੇ ਨੋਰਮਲ ਸਕੇਲ ਨਹੀਂ ਹੈਗਾ, ਉਹ ਬੰਦਾ ਕਿੱਥੇ ਕਰ ਰਿਹਾ ਉਹ ਖਿੱਚ ਕੇ ਦੇਖੋ। ਪਿੰਡ ਦੇ ਪਸ਼ਮੀਨੇ ਨੀ, ਮੁੰਡਾ ਜੇਲ ਦੇ ਵਿੱਚ 6 ਮਹੀਨੇ ਨੀ, ਨਾ ਚਸਕਾ ਗੁੜੇ ਬਰਹਿੰਡਾ ਦਾ ਮੁੰਡਾ ਲਾਉਂਦਾ ਉੱਡਣੇ ਚੀਨੇ ਨੀ,
ਕਮ ਆਨ ਗੁੱਡ ਬ੍ਰੋ ਐਗੋ ਐਗੋ। ਮੈਂ ਕਹਿੰਦਾ ਕਿ ਦੋ ਚੀਜ਼ਾਂ ਨੇ ਇਸ ਗਾਣੇ ਨੂੰ ਬਹੁਤ ਜ਼ਿਆਦਾ ਵੱਡਾ ਕਰਤਾ, ਫਸਟ ਐਗੋ ਦਾ ਮਿਊਜ਼ਿਕ, ਸੈਕਿੰਡ ਬਾਈ ਦਾ ਲਿਰਿਕਸ, ਅਤੇ ਥਰਡ ਵੋਕਲ। ਪਤਾ ਕਿਉਂ? ਗਾਣਾ ਕਿੰਨਾ ਵੀ ਵਧੀਆ ਸਿੰਗਰ ਗਾ ਰਿਹਾ ਹੋਵੇ, ਕਿੰਨਾ ਵੀ ਵਧੀਆ ਮਿਊਜ਼ਿਕ ਹੋਵੇ, ਜਦ ਤੱਕ ਲਿਰਿਕਸ ਤਗੜੇ ਨੇ ਉਹ ਕਿਸੇ ਕੰਮ ਦੀ ਚੀਜ਼ ਨਹੀਂ, ਹੈ ਨਾ। ਸੋ ਕਿਤੇ ਨਾ ਕਿਤੇ ਵੈਸੇ ਲਿਰਿਕਸ ਵਾਸਤੇ ਆਉਣਾ ਚਾਹੀਦੀ, ਬਟ ਮਿਊਜ਼ਿਕ ਦਾ ਵੀ ਬਹੁਤ ਵੱਡਾ ਹੱਥ ਹੈ। ਸੋ ਵੀਰੇ ਬਹੁਤ ਸੋਹਣਾ ਲਿਖਿਆ, ਗਾਇਆ, ਵਧੀਆ ਯਾਰ ਬਾਈ, ਸਵਾਦ ਆ ਗਿਆ। ਸਤਿ ਸ਼੍ਰੀ ਅਕਾਲ।